आम ताजे रहनुमा हम काफी सारे भीरा दोस्त मैं तो जान दे भी हिं ये जिन्हें नहीं जान दे वो भी तो सब पता कर सकते भी तो ये मुलाना से बनी पग बारे जेरीवाल भीरा तू दे के ये सारे कर छोड़े इन्हें अक्सर लोग नहीं नारा होता ही या आज यंग के मुलाना से बनी अपने घर ये बंदे को दे के को भी नहीं आ गए तो ये उन्हें आम बंदे को आम नौजवान को टिकट दे के ये दावे दे रहे हैं वो सब ठीक है जिन्हें बंदे का दे मुखालफत करें यार कि ये मरूसी सियासत आज उन हाँ लोगों तुम्हारे सामने दिखा ले टिकट चेक दिते हैं वो सारे डेरे वाला बंदा है तो बहरहाल ਇਹ ਤੁਸੀਂ ਹੋਰ ਕਰਨਾ ਹੈ ਇਹਦੇ 8.5 ਸਾਲਾਂ ਦੇ ਜ਼ਖਮ ਇੱਕ ਵਾਰੀ ਤੁਸੀਂ ਇਹਨੂੰ ਇਹਨਾਂ ਕੋ ਬਿਲਕੁਲ ਨਹੀਂ ਬੋਲਣਾ ਸਾਰੀ ਕੌਮ ਸਾਰਾ ਪਾਕਿਸਤਾਨ ਮਯੂਸੀ ਦੇ ਵਿੱਚ ਮੈਂ ਗਈ ਦੀ ਵਜ੍ਹਾ ਕੋਲ ਪੈਟਰੋਲ ਦੀ ਵਜ੍ਹਾ ਕੋਲ ਕਾਫੀ ਸਾਰੇ ਸ਼ੀਆ ਸਾਰੇ ਰੋਜ਼ਮਰਾ ਜ਼ਿੰਦਗੀ ਦੇ ਈਵੇਂ ਹੀ ਇਹਦੇ ਸਾਰੀ ਪਹੁੰਚ ਕੋਲ ਦੂਰ ਕੀ ਦੇ ਬੈਠੋ ਤੇ ਜਿਵੇਂ ਸੁਹੀਲ ਭਾਈ ਹੋਣੀ ਗੱਲ ਕਰੀ ਦੇ ਪੈਣ ਅੱਜ ਕੱਲ੍ਹ ਕਿਤਨੀ ਮੈਂ ਗਈ ਸੀ ਕਿ ਇਹਦੇ ਮਾਂਦੇਨ ਬੈਠੇ ਜੇ ਟਾਈਮ ਆਪਣੇ ਬਾਲਾਂ ਨੂੰ ਪਰਨੇ ਨੇ ਖਮਖਾ ਉਹਦਾ ਕੋ ਕੋਈ ਨਾ ਕੋਈ ਸ਼ੈ ਵੇਚ ਕੇ ਉਹਨਾਂ ਦਾ ਬੰਦੋਬਸਤ ਕਰਨਾ ਪੈਂਦਾ ਤੋ ਇਹਵੇਂ ਕਾਫੀ ਸਾਰੇ ਜਿਹੜੇ ਮਸਾਇਲ ਹਨ ਪਹਿਲੇ ਜਿਹੜੇ 2013 ਦੇ ਵਿੱਚ ਵਾਲੇ ਸਾਹਮਣੇ ਹਾਲਾਤ ਹਨ ਤੁਸਾ ਲੋਕ ਦੇਸ਼ ਕਮੇ ਦੇ ਆਵੇ ਕਹਿ ਨਾ ਕਹਿ ਦੀ ਹੈਲਪ ਕਰ ਛੁੜੇ ਜਾਵੇ ਹੁਣ ਜਿਹੜੇ ਹਾਲਾਤ ਹਨ ਹੁਣ ਇਹਨੇ ਪੋਜੀਸ਼ਨ ਹੈ ਕਿ ਜਿਹੜਾ ਬੰਦਾ ਜਿਤਨਾ ਵੀ ਕਮਾ ਕੇ ਨੇ ਬੜੀ ਮੁਸ਼ਕਿਲ ਤੇ ਆਪਣਾ ਗੁਜ਼ਾਰਾ ਕੀਤਾ ਉਦੀਕ ਨੂੰ ਮਜ਼ਦੂਰੀ ਕਰੇ ਲੈ ਰਾਤ ਨੂੰ ਵੀ ਕਰੇ ਲੈ ਕਈ ਜੇ ਲੋਕ ਨੇ ਜਾਣਨਾ ਕਿ ਉਦੀਕ ਨੂੰ ਮਜ਼ਦੂਰੀ ਕਰਨ ਦੇ ਬਾਅਦ ਰਾਤ ਨੂੰ ਕੋਈ ਪੱਟੇ ਦੇ ਬਰਗਰ ਲਈ ਸੀ ਕੋਈ ਯਖਨੀ ਦੀ ਰੇੜੀ ਲਈ ਸੀ ਉਹਨਾਂ ਦੇ ਕਿਉਂਕਿ ਖਰਚਾ ਇਤਨੇ ਜ਼ਿਆਦਾ ਵੱਧ ਗਏ ਤੇ ਲਗਾਈ ਦੀ ਵਜ੍ਹਾ ਤੋਂ ਉਹ ਕਰਨੇ ਮੇਰਾ ਤਾਂ ਅੱਲਾ ਦਾ ਸ਼ੁਕਰ ਹੈ ਕਾਰੋਬਾਰ ਅਲਹਮਦੁਲਿਲਾ ਅੱਲਾ ਦੇ ਫਜ਼ਲ ਨਾਲ ਦੇਖੋ ਅੱਲਾ ਰੱਬੁਲ ਇੱਜ਼ਤ ਹਰ ਸ਼ੈ ਦਿੱਤੀ ਹੋਈ ਜ਼ਿੰਦਗੀ ਦੇ ਵਿੱਚ ਜਿਵੇਂ ਬੰਦੇ ਦੀ ਖਾਇਸ਼ ਹੋਣੀ ਪਰ ਇਹ ਮੈਂ ਜਾਣਦਾ ਮੇਰਾ ਖੁਦਾ ਜਾਣਦਾ ਮੈਂ ਇਹ ਪੀੜ ਦੇ ਵਿੱਚ ਉਹ ਮਾਤ ਰਾਮ ਕੋਲ ਮਸ਼ਵਰਾ ਕਰਕੇ ਉਹਨਾਂ ਮੈਂ ਕੋ ਜਿਵੇਂ ਪੀੜ ਤੇ ਹੱਥ ਰੱਖਿਆ ਕਿਉਂਕਿ ਉਹਨਾਂ ਇਹ ਗੱਲ ਦੀ ਤਹੀਨ ਕੀਤੀ ਉਹਨਾਂ ਕਿ ਜਿਹੜਾ ਤੱਕ ਅਸਲ ਸਿਆਸਤ ਦੇ ਵਿੱਚ ਲੋਕ ਆਉਂਦੇ ਕਈ ਦੋਸਤ ਹੋਣ ਕਿ ਤੁਸੀਂ ਇਹ ਸਹੀ ਚੁਣਾਵ ਨਹੀਂ ਕੀਤਾ ਲੇਕਿਨ ਇਹਨਾਂ ਦੇ ਅਸਾਂ ਮੰਨਣ ਵਾਲੇ ਹੈ ਕਿ ਅਸਾਂ ਇਸਲਾਮ ਤੇ ਅਲਹਮਦੁਲਿਲਾ ਯਕੀਨ ਹੀ ਇਸਲਾਮ ਦਾ ਕਲਮਾ ਪੜਾ ਸੀ ਤੇ ਅਸਾਂ ਉਲਮਾ ਕਰਾਮ ਨਾਲ ਇਹ ਮਸ਼ਵਰਾ ਕਰਕੇ ਉਹਨਾਂ ਦਾ ਬਾਕੀ ਕਿ ਜਨਨ ਤੱਕ ਤੁਸਾਂ ਗੰਦੇ ਬੰਦਾ ਦਾ ਰਸਤਾ ਨਾ ਰੁਕੇ ਸੋ ਤੋ ਇਹ ਫੀਲਡ ਕਿਵੇਂ ਚੰਗੀ ਸੀ ਤੋ ਇਸੀ ਨੀਅਤ ਕੋਲ ਆਈ ਹੈ ਕਿ ਅੱਲਾ ਪਾਕ ਸਾਤੂ ਅਲਹਮਦੁਲਿਲਾ ਫਜ਼ਲ ਹੈ ਅੱਲਾ ਰੱਬੁਲ ਇੱਜ਼ਤ ਦਾ ਇਹ ਆਵਾਮ ਦੀ ਜੇਸ਼ ਵੀ ਆਸੀ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਉਹ ਆਵਾਮ ਦੇ ਖਰਚ ਕੀਤੀ ਸੀ ਤੇ ਮੈਂ ਤੋ ਇਨਸ਼ਾਅੱਲਾ ਇਹ ਯਕੀਨ ਤੇ ਆਪਣੇ ਅੱਲਾ ਰੱਬੁਲ ਇੱਜ਼ਤ ਤੇ ਇਨਸ਼ਾਅੱਲਾ ਗਵਾਹ ਬਣਾ ਕੇ ਅਗਦਾਨ ਕੇ ਸਾਥ ਤੁਹਾਰੀ ਕਿਸ਼ੇ ਦੀ ਵੀ ਅਲਹਮਦੁਲਿਲਾ ਮੈਂ ਤੋ ਜ਼ਰੂਰ ਪੂਰੀ ਤੇ ਅੱਲਾ ਪਾਕ ਦਾ ਜਿੰਨਾ ਫਜ਼ਲ ਹੈ ਤੇ ਮੈਂ ਇਹ ਕੋਈ ਕਿ ਸਿਆਸਤ ਦੇ ਬਾਅਦ ਵੀ ਮੇਰਾ ਅਲਹਮਦੁਲਿਲਾ ਕਾਰੋਬਾਰ ਜਾਰੀ ਹੈ ਤੇ ਮੈਂ ਆਪਣਾ ਪਹਿਲੇ ਕਾਰੋਬਾਰ ਨੂੰ ਵੀ ਦੇਖਣਾ ਹੈ ਇਨਸ਼ਾਅੱਲਾ ਲਾਸਟ ਵਾਰ ਦੀ ਖਿਦਮਤ ਨੂੰ ਵੀ ਦੇਖਣਾ ਹੈ ਕਫੀਰ ਦੇ ਸਾਹਮਣੇ ਜ਼ਿੰਦਾਬਾਦ ਯਕੀਨ ਕਰੋ ਇਹ ਛੱਡ ਦੇ ਵਿੱਚ ਕਾਫੀ ਟਾਈਮ ਕੋਲ ਤੁਸਾਂ ਵਿਰਾਹ ਖਾਸ ਤੌਰ ਤੇ ਮੀਡੀਆ ਦੇ ਵਿਰਾਹ ਯਕੀਨ ਕਰੋ ਮੇਰੇ ਕੋਲ ਕੋਈ ਅਲਫਾਜ਼ ਬਣੀ ਇਹ ਅਲਹਮਦੁਲਿਲਾ ਸਾਰੇ ਪ੍ਰੋਗਰਾਮ ਹੈ ਸਾਰੇ ਨਾਗੀਨੇ ਤਾਂ ਕਰੇ ਨੇ ਇਹ ਦਾ ਕੋਈ ਸਾਡੇ ਕੋਲ ਇਹਨਾਂ ਦਾ ਸ਼ੁਕਰੀਆ ਦਾ ਤੇ ਅਲਫਾਜ਼ ਕੋ ਨਹੀਂ ਚਾਹੀ ਅਢਾਈ ਘੰਟਾ ਪ੍ਰੋਗਰਾਮ ਚਲੇ ਚਾਹੀ ਤਰੇ ਘੰਟਾ ਚਲੇ ਇਹ ਬਸ ਦੁਆ ਹੈ ਦਿਲ ਕੋਲ ਕਿ ਅੱਲਾ ਪਾਕ ਦਾ ਸਾਰਾ ਕੋ ਜਜ਼ਾਇ ਖੈਰ ਦੇ बाकी गालियां तकरीबन सारे ठीक है सामने ही माशाल्लाह काफी लंबी बैठी रही है सुहेल भाई भी गालियां की थे हजरत साहब होनी तो कोई इन्हें गालियां को नहीं पर मुख्तसर टाइम के बीच में अपनी गाल को खत्म करे ना ताकि ये लोग छड़ते बैठे ये अपने टाइम का गला घुमा सके तो सारे काश ये असा मदद का कार्ड खेदाई लोगों ने सामने से गालियां की थी कि असा रियासत मदीना बने सू
सारे गलिया तुम्हारे भरा सामने तुसा कोई कार भी नहीं बोलता अल्लाह रब इज्जत को जीवे हजरत दुआ आखे की नफल पढ़ के दुआ मंगो कि अल्लाह पाक मेरा वो तू बंदे को बने जीरा मेरे हक बेहतर है अगर अल्लाह पाक की तरफ तुम्हारा दिल सारी तरफ माइल थी तो कुछ साफ बहुत बड़ा अच्छा अगर अल्लाह न करे तुम्हारे दिल कोई सारे को बेहतर नुमाइंदा है बस इंशाल्लाह सखफा ना उसको सारे जिन्हें इरादे ही हाले सतन नारे तकबीर फैसला कर ले कबीर कर ले फैसला कर ले फैसला कर ले सारे इरामा को दोस्तों को ये गुजारिश है कि ऐसा लोग तुम्हारी पहुँच को बिल्कुल दूर लें इंशाल्लाह इतने देरे वाल हैं देरे देरावण वाले हैं दुकाना थे मकाना थे हर टाइम अल्हम्दुलिल्लाह मौजूद होने हैं कि तुम्हारी एरी भी इंशाल्लाह न करे कोई मुश्किल आसी असा बेरोज तरीके थे एक वाली ना हो सी सारी हो सी असा अपने भी खान की थे अपने इलाके की थे अपने लोका की थे जितने भी मसाइल हैं अल्लाह रब्बुल इज्जत की मतलब ये वो कुछ मेरे को किसी तुम्हारे नाल मिल के इंशाल्लाह अपने लिए खान को इंशाल्लाह इंशाल्लाह बड़े सो ते बाकी मुख्तसर गाली है हुन मैं तो ये आख लेना कि मैं तस्वीर में परम ते बाद परसों में गई बिल्कुल खत्म थी वैसी ये नामुमकिन है क्योंकि अगर दूसरा लेकिन एक आदमी इंशाल्लाह यकीन ना लाग सकता उन्हें लोगों को झटका जरूर लग सी जेरे मुसलसल साढ़े त्रे पौने चार साल वफा की चरावण के बाद आगे भी बरी हर शहर में इजाफा करने पैन हूँ जेरी मायूसी इन्हें लोगों को जो कुछ दिखा पूछा वाला ही पूछा रही थे तो बारह जेरे टाइम इमरान खान इमरान खान के नजरिए को झटका लग सी वो हम खास सोचने पे मजबूर हो सी कि ये वजह क्योंकि इलेक्शन की टाइम सिर्फ मेरे फैन के पी के के बीच लेकिन जेरे टाइम के पी के को इतना कुछ शिकस्त सी कि इंशाल्लाह पैगाम पूरी दुनिया के बीच में सी कि जेरे इमरान खान के चावण वाले हैं उन लोग जिन्ना को मायूस किते आज हुना लोग मायूसी की वजह को पीरा लोग का इस तरह वो चलाओ किते ताकि वे लोग मामिन ते कुछ ना कुछ सिस्टम के बीच बेहतरी आए बाद लोग इसको खेल समझ करके करते हैं लेकिन ये खेल नहीं है ख्याल रखना अंदाज चंग बदल गया पहले लड़ाई हो रही थी बंदूक और एटम बम की अब और तरीका इख्तियार किया गया नाम इस्लाम कर लिया जा रहा है और प्रचार कुफर का किया जा रहा है हक और बातिल के दरमियान इम्तियाज उठाया जा रहा है झूठ को सियासत कहा जा रहा है आयतुल मुनाफिक की सलाह सुन मौलाना आयतुल मुनाफिक की सलाह मुनाफिक की तीन आलामतें हुजूर सल्लल्लाहु अलैहि वसल्लम ने बयान फरमाई इज़ा हद्दथ कज़ब जब वो बात करे तो झूठ बोले इज़ा वअद अखला जब वादा करे तो खिलाफ वर्जी करे वाइज़ा उमिन खाना जब अमानत सौंपी जाए तो खयानत असा भी के बने आपको तो मन ना करे से सारे बुजुर्ग की कदर करे से अगर तो कदर ना करे से सारे को स्टेज जो होते 2000 से रात को भी मजा सी बैठ कितने भाव करे से बुकलाड का शिकार भी तो शिकार दे बुकलाड का शिकार की है मौलाना साहब अगर इजाजत देवे तो बिस्मिल्लाह ना देवे अगर देखो ये खान लोग सुते हैं पानी मजे को ले वाली कतर करें दर बिस्मिल्लाह अगर तो आपको यकीन आ गई है कि इनकी टोन दुरुस्त की गई है अपनी छात आखर है और तू सब फैसला करना माफ करना नहीं करना बुला सब फैसला करना कि माफ करना नहीं करना कभी ना मैं आपसे माफ करना नहीं करना पर मेरे हिसाब से माफी कोई नहीं फैसला
वोट दो।